ਗੱਲ ਕਹਿੰਦਾ ਹਾਂ ਕਿ ਭਾਈ ਜੇ ਮੇਰੇ 'ਚ ਤੁਸੀਂ ਸਮਰੱਥਾ ਦੇਖਦੇ ਜੇ ਮੇਰੇ 'ਚ ਤੁਸੀਂ ਕਾਬਲੀਅਤ ਦੇਖਦੇ ਜੇ ਤੁਸੀਂ ਮੇਰੇ ਬਾਰੇ ਇਹ ਮਹਿਸੂਸ ਕਰਦੇ ਜੇ ਕਿ ਅੱਜ ਮੇਰੇ ਵਰਗੇ ਦੀ ਆਵਾਜ਼ ਜਿਹੜੀ ਹੈ ਉਹ ਪੰਥ ਅਤੇ ਪੰਜਾਬ ਦੇ ਹੱਕਾਂ ਅਤੇ ਹਿੱਤਾਂ ਦੀ ਆਵਾਜ਼ ਬੁਲੰਦ ਕਰਨ ਲਈ ਪਾਰਲੀਮੈਂਟ ਵਿੱਚ ਗੂੰਜਣੀ ਚਾਹੀਦੀ ਹੈ, ਕਿਉਂਕਿ ਬਹੁਤ ਜ਼ਰੂਰੀ ਹੋ ਗਿਆ ਕਿ ਜਿਸ ਤਰ੍ਹਾਂ ਦੀਆਂ ਕੇਂਦਰ ਦੀਆਂ ਸਰਕਾਰਾਂ ਚਾਹੇ ਪਹਿਲੋਂ ਸੀ ਚਾਹੇ ਹੁਣ ਰਹੀ ਹੈ, ਇਹਨਾਂ ਨੇ ਹਮੇਸ਼ਾ ਹੀ ਪੰਥ ਅਤੇ ਪੰਜਾਬ ਦੇ ਨਾਲ ਹਰ ਪੱਖੋਂ ਧੱਕਾ ਕੀਤਾ ਅਤੇ ਧੱਕੇ ਨੂੰ ਰੋਕਣ ਵਾਸਤੇ ਉੱਥੇ ਮਜ਼ਬੂਤੀ ਨਾਲ ਆਵਾਜ਼ ਬੁਲੰਦ ਕਰਨ ਦੀ ਲੋੜ ਹੈ, ਮਜ਼ਬੂਤੀ ਦੇ ਨਾਲ ਆਪਣਾ ਪੱਖ ਰੱਖਣ ਦੀ ਲੋੜ ਹੈ ਔਰ ਉਹਨਾਂ ਦੀ ਜਵਾਬਦੇਹੀ ਬਣਾਉਣ ਦੀ ਲੋੜ ਹੈ ਔਰ ਜਿਹੜੀ ਪੰਜਾਬ ਦੇ ਨਾਲ ਬੇਇਨਸਾਫੀ ਹੋਈ ਹੈ ਉਹਦਾ ਇਨਸਾਫ ਦਿਵਾਉਣ ਦੀ ਲੋੜ ਹੈ। ਅੰਮ੍ਰਿਤਪਾਲ ਵੱਲੋਂ ਵੀ ਜਿਹੜੇ ਨੇ ਕਾਗਜ਼ ਆਪਣੇ ਦਾਖਲ ਕਰਵਾਏ ਗਏ ਨੇ ਔਰ ਇਸ ਦੇ ਨਾਲ ਕੁਲਬੀਰ ਸਿੰਘ ਜੀਰੇ ਦੀ ਗੱਲ ਕਰ ਲਈਏ ਤਾਂ ਉਹਨਾਂ ਵੱਲੋਂ ਵੀ ਕਾਗਜ਼ ਦਾਖਲ ਕਰਾਏ ਗਏ ਨੇ ਔਰ ਜਿਸ ਦਾ ਜਿਹੜਾ ਦਾਅਵਾ ਕਰਦੇ ਨੇ ਕੀ ਕਹਿਣਾ ਚਾਹੁੰਦੇ? ਚਲੋ ਕਾਗਜ਼ ਦਾਖਲ ਕਰਾਉਣਾ ਵੀ ਹਰ ਇੱਕ ਦਾ ਅਧਿਕਾਰ ਹੈ, ਚੋਣ ਲੜਨਾ ਵੀ ਹਰ ਇੱਕ ਦਾ ਅਧਿਕਾਰ ਹੈ, ਦਾਅਵਾ ਕਰਨਾ ਵੀ ਹਰ ਇੱਕ ਦਾ ਅਧਿਕਾਰ ਹੈ। ਮੈਂ ਤਾਂ ਸੰਗਤ ਦੇ ਉੱਤੇ ਛੱਡਦਾ, ਮੇਰਾ ਤਾਂ ਇੱਕੋ ਇੱਕ ਹੈ ਕਿ ਮੈਂ ਲੰਬੇ ਸਮੇਂ ਤੋਂ ਰਾਜਨੀਤੀ ਵਿੱਚ ਹੈ ਅਤੇ ਮੇਰਾ ਖਿਆਲ ਹੈ ਕਿ ਲੋਕ ਸਭਾ ਹਲਕਾ ਖਡੂਰ ਸਾਹਿਬ ਦੇ ਲੋਕਾਂ ਨੇ ਮੇਰੀ ਕਾਰਗੁਜ਼ਾਰੀ ਦੇਖੀ, ਖਾਸ ਕਰਕੇ ਚਲੋ ਖੇਮਕਰਨ ਜਾਂ ਆਪਾਂ ਕਹਿ ਦਈਏ ਜ਼ਿਲ੍ਹਾ ਤਰਨ ਤਾਰਨ ਨੇ ਤਾਂ ਮੈਨੂੰ ਨੇੜਿਓਂ ਦੇਖਿਆ ਹੈ, ਪਰ ਭਾਵੇਂ ਇਹਦੇ 'ਚ ਜੀਰਾ ਵੀ ਪੈਂਦਾ ਹੈ, ਸੁਲਤਾਨਪੁਰ ਲੋਧੀ ਵੀ ਪੈਂਦਾ ਹੈ, ਕਪੂਰਥਲਾ ਵੀ ਪੈਂਦਾ ਹੈ ਅਤੇ ਤਰਨ ਤਾਰਨ ਤੋਂ ਬਾਹਰ ਜਿਹੜਾ ਬਾਬਾ ਬਕਾਲਾ ਅਤੇ ਜੰਡਿਆਲਾ ਵੀ ਪੈਂਦਾ ਹੈ, ਪਰ ਮੈਂ ਜਿੱਥੇ ਵੀ ਜਾਂਦਾ ਉਹ ਇਹੀ ਗੱਲ ਕਰਦੇ ਕਿ ਵਲਟੋਆ ਸਾਹਿਬ ਤੁਸੀਂ ਸਾਡੇ ਲਈ ਬਗਾਨੇ ਨਹੀਂ, ਤੁਸੀਂ ਭਾਵੇਂ ਸਾਨੂੰ ਨਹੀਂ ਪਛਾਣਦੇ ਪਰ ਅਸੀਂ ਤੁਹਾਨੂੰ ਅਤੇ ਤੁਹਾਡੇ ਕੰਮ ਨੂੰ ਬੜੇ ਲੰਬੇ ਸਮੇਂ ਤੋਂ ਜਾਣਦੇ ਹਾਂ। ਅਪਣੱਤ ਮਿਲਦੀ ਹੈ, ਉਤਸ਼ਾਹ ਮਿਲਦਾ ਹੈ, ਜੋਸ਼ ਮਿਲਦਾ ਆ ਅਤੇ ਇਸ ਕਰਕੇ ਜਿਹੜਾ ਆ ਕੋਈ ਦਾਅਵਾ ਕੀ ਕਰੀ ਜਾਂਦਾ ਆ, ਮੇਰਾ ਦਾਅਵਾ ਇੱਕੋ ਹੀ ਹੈ ਕਿ ਮੈਂ ਕੇਂਦਰ ਦੀਆਂ ਚੂਲਾਂ ਹਿਲਾ ਕੇ ਰੱਖ ਔਰ ਮੇਰੀ ਟੱਕਰ ਕਿਸੇ ਨਾਲ ਨਹੀਂ, ਮੇਰੀ ਕੇਂਦਰ ਸਰਕਾਰ ਦੇ ਨਾਲ ਟੱਕਰ ਹੈ, ਇਹੀ ਮੇਰੇ ਸ਼ਬਦ ਹੈ।